ਅਸੀਂ ਤੁਹਾਨੂੰ ਮਾਲ ਦਿੱਤਾ ਹੈ ਉਹਦਾ ਵੀ ਇਮਤਿਹਾਨ ਲਵਾਂਗੇ, ਜਾਨ ਦਿੱਤੀ ਹੈ ਉਹਦਾ ਵੀ ਇਮਤਿਹਾਨ ਲਵਾਂਗੇ। ਮੌਲਾ ਹੁਸੈਨ ਕੋਲ ਜਦੋਂ ਇਮਤਿਹਾਨ ਦੀ ਵਾਰੀ ਆਈ ਮੈਦਾਨੇ ਕਰਬਲਾ ਦੇ ਅੰਦਰ, ਹੁਣ ਜਿਹੜਾ ਬੰਦਾ ਉੱਠ ਕੇ ਇਹ ਕਵੇ ਜੇ ਅੱਲਾਹ ਦਾ ਨਬੀ ਮਦਦ ਕਰਦਾ ਹੁੰਦਾ ਤਾਂ ਫਿਰ ਆਪਣੇ ਦੋਤਰੇ ਦੀ ਮੈਦਾਨੇ ਕਰਬਲਾ ਵਿੱਚ ਮਦਦ ਕਰਦਾ, ਇਹ ਗੱਲ ਕਵੇ ਉਸ ਨੂੰ ਇਹ ਕਹਿਣਾ ਹੈ ਇੱਕ ਹੁੰਦੀ ਹੈ ਸ਼ਾਨ ਤੇ ਇੱਕ ਹੁੰਦਾ ਹੈ ਇਮਤਿਹਾਨ। ਜਦੋਂ ਸ਼ਾਨ ਵਖਾਣੀ ਹੋਵੇ ਨਾ ਤੇ ਮੂਸਾ ਅਲੈਹਿ ਸਲਾਤੁ ਸਲਾਮ ਦੀ ਬਾਲਦਾ ਆਪ ਨੂੰ ਤੰਦੂਰ ਦੇ ਵਿੱਚ ਰੱਖਦੀ ਹੈ, ਬਲਦੇ ਤੰਦੂਰ ਦੇ ਵਿੱਚ ਤੇ ਅੱਗ ਅਸਰ ਕਰਦੀ ਨਹੀਂ। ਕੁਰਾਨ ਬੋਲਦਾ ਹੈ ਅੱਗ ਅਸਰ ਕਰਦੀ ਨਹੀਂ। ਇਹ ਹੈ ਸ਼ਾਨ ਤੇ ਇਮਤਿਹਾਨ ਕੀ ਹੈ। ਜਦੋਂ ਫਿਰਾਉਨ ਨੇ ਇੱਕ ਪਾਸੇ ਅੱਗ ਦੇ ਅੰਗਾਰੇ ਰੱਖੇ, ਦੂਸਰੇ ਪਾਸੇ ਫਲ ਰੱਖੇ, ਇਹ ਸੀ ਇਮਤਿਹਾਨ। ਤੇ ਹਜ਼ਰਤ ਮੂਸਾ ਅਲੈਹਿ ਸਲਾਮ ਅਸੀਂ ਬਚਪਨ ਆਪ ਰਿੜ ਕੇ ਤੇ ਫਲਾਂ ਵਾਲੇ ਪਾਸੇ ਜਾਣ ਲੱਗੇ। ਅੱਲਾਹ ਕਰੀਮ ਨੇ ਜਿਬਰੀਲ ਨੂੰ ਫਰਮਾਇਆ ਹੁਣ ਸ਼ਾਨ ਨਹੀਂ ਹੁਣ ਇਮਤਿਹਾਨ ਹੈ, ਇਹਦਾ ਰੁਖ ਮੋੜ ਕੇ ਅੱਗ ਵੱਲ ਕਰਦੇ। ਸ਼ਾਨ ਕੀ ਸੀ ਕਿ ਬਲਦੇ ਤੰਦੂਰ ਵਿੱਚ ਸਖਤ ਦਾ ਬਲਦਾ ਰੱਖਿਆ ਤੇ ਅੱਗ ਨੇ ਅਸਰ ਕੀਤਾ, ਤੇ ਇਮਤਿਹਾਨ ਕੀ ਹੈ ਇੱਧਰ ਅੱਗ ਨੂੰ ਫੜ ਰਹੇ ਨੇ ਤੇ ਅੱਗ ਅਸਰ ਕਰਦੀ ਹੈ। ਇਵੇਂ ਮੈਦਾਨੇ ਕਰਬਲਾ ਦੇ ਅੰਦਰ ਪਾਕ ਹੁਸੈਨ ਦਾ ਇਮਤਿਹਾਨ ਸੀ। ਸ਼ਾਨ ਕੀ ਸੀ? ਸ਼ਾਨ ਇਹ ਸੀ ਕਿ ਆਪ ਦੇ ਵਾਸਤੇ ਜੰਨਤ ਦੇ ਵਿੱਚੋਂ ਜੋੜੇ ਆ ਰਹੇ, ਆਪ ਦੇ ਵਾਸਤੇ ਜੰਨਤ ਦੇ ਵਿੱਚੋਂ ਖਾਣੇ ਆ ਰਹੇ ਨੇ। ਇਮਤਿਹਾਨ ਕੀ ਹੈ? ਕਰਬਲਾ ਦਾ ਮੈਦਾਨ ਅੱਲਾਹ ਦੇ ਨਬੀ ਮਦਦ ਕਿਵੇਂ ਕਰਦੇ ਨੇ? ਪਹਿਲੋ ਇਹ ਹਦੀਸ ਸੁਣਾ ਕੇ ਫਿਰ ਉਹ ਹਦੀਸ ਸੁਣਾਨੇ ਆ ਕਿ ਕਰਬਲਾ ਦੇ ਮੈਦਾਨ ਦੇ ਅੰਦਰ ਅੱਲਾਹ ਦਾ ਨਬੀ ਹੈ ਸੀ, ਸੈਯਦਜ਼ਾਦੀਆਂ ਨੇ ਮਦਦ ਮੰਗੀ ਤੇ ਅੱਲਾਹ ਦਾ ਨਬੀ ਆਇਆ, ਇਮਤਿਹਾਨ ਦੇ ਵਿੱਚੋਂ ਕਾਮਯਾਬ ਕੀਤਾ। ਇਹ ਕਿਤਾਬ ਹੈ, ਕਿਤਾਬ ਦਾ ਨਾਮ ਹੈ ਹੁਜਜਤੁਲ ਆਲਮੀਨ ਫੀ ਮੂਜਜ਼ਾਤ ਸੈਯਦੁਲ ਮੁਰਸਲੀਨ, ਲਿਖਣ ਵਾਲਾ ਇਮਾਮ ਨਬਹਾਨੀ ਰਹਿਮਤੁਲਲਾਹ ਤਾਲਾ ਨੇ, ਸਫਾ ਨੰਬਰ 354 ਤਬਰਾਨੀ ਸ਼ਰੀਫ ਦੇ ਅੰਦਰ। ਇਮਾਮ ਤਬਰਾਨੀ ਜਿਨ੍ਹਾਂ ਦਾ ਵੀ ਸਾਲ ਸਨ 360 ਹਿਜਰੀ ਦੇ ਵਿੱਚ ਹੋਇਆ, ਉਹਨਾਂ ਦੀ ਕਿਤਾਬ ਹੈ ਤਬਰਾਨੀ ਮੇਰੇ ਦੋਸਤੋ 5 ਜਿਲਦਾਂ ਦੇ ਅੰਦਰ, ਜਿਲਦ ਨੰਬਰ 2 ਸਫਾ ਨੰਬਰ 73 ਤੇ ਗੱਲ ਮੌਜੂਦ ਹੈ। ਸੀਰਤ ਇਬਨੇ ਹਸ਼ਾਮ ਜਿਲਦ 5 ਸਫਾ ਨੰਬਰ 49 ਤੇ ਗੱਲ ਮੌਜੂਦ ਹੈ। ਤਬਕਾਤ ਇਬਨੇ ਸਾਦ ਦੇ ਵਿੱਚ ਗੱਲ ਮੌਜੂਦ ਹੈ। ਅਲ-ਖਸਾਇਸੁਲ ਕੁਬਰਾ ਵਿੱਚ ਗੱਲ ਮੌਜੂਦ ਹੈ। ਅਲ-ਇਸਤਿਆਬ ਦੇ ਵਿੱਚ ਗੱਲ ਮੌਜੂਦ ਹੈ। ਮੇਰੇ ਪਾਕ ਪੈਗੰਬਰ ਇਮਾਮੁਲ ਅੰਬੀਆ ਅਲੈਹਿ ਸਲਾਤੁ ਵਸਲਾਮ ਹਜ਼ਰਤ ਉਮੁਲ ਮੁਮਿਨੀਨ ਹਜ਼ਰਤ ਮੈਮੂਨਾ ਰਜ਼ੀ ਅੱਲਾਹੁ ਤਾਲਾ ਅਨਹਾ ਮੇਰੇ ਨਬੀ ਦੀ ਬੀਵੀ ਹੈ, ਮੁਮਿਨਾ ਦੀ ਮਾਂ ਹੈ। ਆਪ ਫਰਮਾਉਂਦੇ ਨੇ ਮੈਂ ਮਦੀਨਾ ਤੁਲ ਮੁਨਵਰਾ ਦੀ ਸਰ ਜ਼ਮੀਨ ਤੇ ਵਾ, ਅੱਲਾਹ ਦੇ ਨਬੀ ਮੇਰੇ ਘਰ ਵਿੱਚ ਮੌਜੂਦ ਨੇ। ਅੱਲਾਹ ਦੇ ਨਬੀ ਤਹੱਜੁਦ ਦਾ ਵਕਤ ਹੋਇਆ, ਤਹੱਜੁਦ ਦੀ ਨਮਾਜ਼ ਅਦਾ ਕਰਨ ਵਾਸਤੇ ਉੱਠੇ ਨੇ, ਵੁਜ਼ੂ ਕਰ ਰਹੇ ਨੇ। ਵੁਜ਼ੂ ਕਰਦਿਆਂ ਕਰਦਿਆਂ ਮੇਰੇ ਨਬੀ ਨੇ 3 ਮਰਤਬਾ ਫਰਮਾਇਆ ਲੱਬਈ ਲੱਬੈਕ ਲੱਬੈਕ ਨੁਸਰਤਾ ਨੁਸਰਤਾ ਨੁਸਰਤਾ। ਤਵੱਜੋ, ਬੜੀਆਂ ਕੀਮਤੀ ਗੱਲਾਂ ਨੇ। ਜਿਹੜੀ ਗੱਲ ਹੁੰਦੀ ਹੈ ਅੱਲਾਹ ਦੀ ਤੌਫੀਕ ਨਾਲ, ਜਾਂ ਕੁਰਾਨ ਹੁੰਦਾ ਹੈ, ਜਾਂ ਮੁਸਤਫਾ ਦਾ ਫਰਮਾਨ ਹੁੰਦਾ ਹੈ। ਇੱਥੇ 2 ਨੰਬਰ ਸੌਦਾ ਨਹੀਂ ਮਿਲਦਾ, ਖਰਾ ਸੌਦਾ ਮਿਲਦਾ ਹੈ। ਬੰਦਾ ਦੁਕਾਨ ਤੇ ਜਾਵੇ, 1 ਨੰਬਰ ਤੇ 2 ਨੰਬਰ ਚੀਜ਼ਾਂ ਦੀ ਪਹਿਚਾਣ ਕਰਦਾ ਹੈ। ਯਾਰ ਇਹ ਕਿਉਂ 1 ਨੰਬਰ ਹੈ, ਇਹ 2 ਨੰਬਰ, ਇਹ ਚੀਜ਼ 1 ਨੰਬਰ ਹੈ ਤੇ ਇਹ 2 ਨੰਬਰ ਹੈ। ਇਹਨੇ ਦੀਨ ਦੇ ਅੰਦਰ ਮਸਲਾ ਸਾਨੂੰ ਉਹ ਚਾਹੀਦਾ ਜਿਹੜਾ 1 ਨੰਬਰ ਹੋਵੇ, ਜਿੰਨਾ ਬਦੂਰ ਕੁਰਾਨ ਦੇ ਅੰਦਰ ਹੋਵੇ, ਹਦੀਸ ਦੇ ਅੰਦਰ ਹੋਵੇ। ਇਹਨੇ ਛੱਡੀਆਂ ਗੱਲਾਂ ਨਹੀਂ ਛੱਡੀਆਂ, ਬੜੀਆਂ ਛੱਡੀਆਂ ਗੱਲਾਂ ਨੇ। ਹੁਣ ਮੈਂ ਹਦੀਸ ਪੜ੍ਹਦਾ ਵਾਂ, ਜਿਹੜਾ ਕਵੇ ਯਾ ਰਸੂਲ ਅੱਲਾ ਮਦਦ, ਇਹ ਨਹੀਂ ਕਹਿਣਾ ਚਾਹੀਦਾ, ਉਹਨੂੰ ਹਦੀਸ ਪਾਕ ਪੜ੍ਹ ਕੇ ਸੁਣਾਣੀ ਹੈ। ਕੁਦਰਤ ਤੇ ਉਮੇ ਮਹਿਮੂਮਾ ਉਹਨਾਂ ਨੇ ਪੁੱਛਿਆ, ਯਾ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ, ਤੁਹਾਡੇ ਕੋਲ ਕੋਈ ਦੂਸਰਾ ਬੰਦਾ ਨਹੀਂ, ਤੁਸੀਂ ਵੁਜ਼ੂ ਕਰਦਿਆਂ ਕਰਦਿਆਂ
تین مرتبہ فرمایا لبیک 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 الہانا میں حاضرہ میں حاضرہ میں حاضرہ نصرتا تیری مدد کی دی گئی نصرتا تیری مدد کی دی گئی نصرتا تیری مدد کی دی گئی لجپالا ایک نو فرما رہا جے میرے آقا نے پانی دے ایس طرح چھٹے مارے لے لجپالا پانی دے چھٹے کیوں مارے لے توجہ کرنا توجہ حدیث پاک میرے ہاتھ دے وچ موجود ہے میرے پاک پیغمبر نے فرمایا اے ام میمونا مکے دے اندر ایک میرا غلام ہے ان دا نام راجی سے وہ ہجرت کر کے مکہ شریف چھڑ کے میرے والے آن لگا مکے دے سارے کافراں نے مکے دے سارے مشرکاں نے کیرا پا لیا تیر پھڑ لے تلواراں پھڑ لیاں نیزے پھڑ لے برچیاں پھڑ لیاں میرا غلام اکلا تے کافر تے مشرک بے ایمان زیادہ نے جب اوکھا ویلا میرے غلام نے ویکھیا ہے میرا غلام راجی سے مکے وچ کھڑا ہو کے منہ مدینے والے کر کے کہندا ہے میدان کربلا دے
ਕੀ ਨਹੀਂ ਸੀ ਜੇ ਸਿਹਾਬੀ ਮਦਦ ਮੰਗੇ ਅੱਲਾ ਦਾ ਨਬੀ ਕਰ ਦੇਵੇ ਹਜ਼ਾਰਾਂ ਨੂੰ ਮਾਰ ਦੇਵੇ ਉਹਨਾਂ ਦੇ ਤੀਰ ਡਿੱਗ ਪੈਣ ਤਲਵਾਰਾਂ ਡਿੱਗ ਪੈਣ ਨਿਰਜੇ ਡਿੱਗ ਪੈਣ ਪਰਛੀਆਂ ਡਿੱਗ ਪੈਣ ਆਪ ਮੂਧੜੇ ਮੂੰਹ ਡਿੱਗ ਪੈਣ ਸਿਰ ਪਰਨੇ ਡਿੱਗ ਪੈਣ ਕੋਈ ਭਾਣ ਪਰਨੇ ਕੋਈ ਕੰਧ ਪਰਨੇ ਡਿੱਗ ਪਵੇ ਮੇਰੇ ਨਬੀ ਕੋਲੋਂ ਸਿਹਾਬੀ ਮਦਦ ਮੰਗੇ ਅੱਲਾ ਦਾ ਨਬੀ ਕਰ ਦੇਵੇ ਮੌਲਾ ਹੁਸੈਨ ਦਾ ਫਿਰ ਕੀ ਮੁਕਾਮ ਹੋਏਗਾ ਮੌਲਾ ਹੁਸੈਨ ਨੇ ਤਾਂ ਮਦਦ ਮੰਗੀ ਕੋਈ ਨਹੀਂ ਐ ਕਿਤਾਬ ਮੇਰੇ ਹੱਥ ਦੇ ਅੰਦਰ ਮੌਜੂਦ ਹੈ ਮਿਸਬਾਹ ਸਲਾਮ ਐ ਤਾਂ ਨਿਸ਼ਾਨੀ ਲਾਈ ਹੈ ਮੇਰੇ ਦੋਸਤੋ ਅਰਬੀ ਦੇ ਅੰਦਰ ਕਿਤਾਬ ਦਾਸ ਮੁਹਰਮ ਉਲ ਹਰਾਮ ਦੀ ਰਾਤ ਜਦ ਕੌਮ ਨੂੰ ਮੁਹੰਮਦ ਸ਼ਹੀਦ ਕਹਨੇ ਅਲੀ ਅਕਬਰ ਸ਼ਹੀਦ ਕਹਨੇ ਅਲੀ ਅਸਗਰ ਸ਼ਹੀਦ ਕਹਨੇ ਹਜ਼ਰਤ ਮੌਲਾਏ ਕਾਇਨਾਤ ਦੀ ਪਿਆਰੀ ਬੇਟੀ ਸੱਜਦਾ ਜ਼ੈਨਬ ਰਜ਼ੀ ਅੱਲਾਹੁ ਤਾਲਾ ਅਨਹਾ ਇਮਾਮ ਅਲੀ ਮੁਕਾਮ ਦੀ ਪਿਆਰੀ ਹਮਸ਼ੀਰਾ ਰਾਤ ਦਾ ਵਕਤ ਕਦੀ ਕੌਮ ਨੂੰ ਮੁਹੰਮਦ ਦੀ ਲਾਸ਼ ਨਾ ਲੱਗ ਰੋਂਦੀ ਏ ਕਦੀ ਅਲੀ ਅਕਬਰ ਦੀ ਲਾਸ਼ ਨਾ ਲੱਗ ਕੇ ਰੋਂਦੀ ਏ ਕਦੀ ਅਲੀ ਅਸਗਰ ਦੀ ਲਾਸ਼ ਨਾ ਲੱਗ ਕੇ ਰੋਂਦੀ ਏ ਜਦ ਵੀਰ ਹੁਸੈਨ ਨੇ ਬੁਲਾਈ ਆਪ ਦਾ ਸਰ ਕੋਈ ਨਹੀਂ ਤੜ ਹੈ ਬੜੀਆਂ ਬੜੀਆਂ ਪੈਦਾ ਹੋ ਗਈਆਂ ਸਬਰ ਵਾਲੀਆਂ ਉਹ ਆ ਸੈਯਦਾ ਜ਼ੈਨਬ ਤੇਰੇ ਸਬਰ ਤੇ ਕੁਰਬਾਨ ਜਾਏ ਤੇ ਅੱਖਾਂ ਦੇ ਸਾਹਮਣੇ ਹੱਥਾਂ ਦੇ ਅੰਦਰ ਉਹ ਮੁਹੰਮਦ ਤੜਪਦਿਆਂ ਵੇਖਿਆ ਅਲੀ ਅਕਬਰ ਨੂੰ ਤੜਪਦਿਆਂ ਵੇਖਿਆ ਅਲੀ ਅਸਗਰ ਦੇ ਹਲਕ ਦੇ ਅੰਦਰ ਤੀਰ ਵੱਜਦਾ ਵੇਖਿਆ ਗਾਜ਼ੀ ਅਬਾਦ ਦੇ ਬਾਜ਼ੂ ਕੱਟਦੇ ਹੋਏ ਵੇਖੇ ਮੌਲਾ ਹੁਸੈਨ ਜਿੰਦਾ ਇੱਕ ਖੂਨ ਦਾ ਕਤਰਾ ਅਰਸ਼ ਦੇ ਫਰਸ਼ ਨਾਲ ਕੀਮਤੀ ਰਾਤ ਦਾ ਵਕਤ ਤੇ ਹਜ਼ਰਤ ਸੈਯਦਾ ਜ਼ੈਨਬ ਰਜ਼ੀ ਅੱਲਾਹੁ ਤਾਲਾ ਅਨਹਾ ਮੌਲਾ ਅਲੀ ਦੀ ਬੇਟੀ ਇਮਾਮ ਹਸਨ ਤੇ ਹੁਸੈਨ ਦੀ ਹਮਸ਼ੀਰਾ ਏ ਜਿਨ੍ਹਾਂ ਦੇ ਨਾਨੇ ਵਰਗਾ ਪਰਨਾਤ ਵਿੱਚ ਨਾਨਾ ਕੋਈ ਨਹੀਂ ਜਿਨ੍ਹਾਂ ਦੇ ਘਰਾਨੇ ਵਰਗਾ ਪਰਨਾਤ ਦੇ ਅੰਦਰ ਘਰਾਨਾ ਕੋਈ ਨਹੀਂ ਜਿਨ੍ਹਾਂ ਦੇ ਬਾਪ ਵਰਗਾ ਪਰਨਾਤ ਦੇ ਅੰਦਰ ਬਾਪ ਕੋਈ ਨਹੀਂ ਜਿਨ੍ਹਾਂ ਦੇ ਨਾਲ ਦੀ ਮਾਂ ਵਰਗੀ ਕਾਇਨਾਤ ਦੇ ਅੰਦਰ ਕਿਸੇ ਦੀ ਮਾਂ ਕੋਈ ਨਹੀਂ ਕੌਣ ਸੈਯਦਾ ਜ਼ੈਨਬ ਬੇ ਇਜਾਜ਼ਤ ਜਿਨ ਕੇ ਘਰ ਜਿਬਰਾਈਲ ਵੀ ਆਤੇ ਨਹੀਂ ਕਤਰ ਵਾਲੇ ਜਾਣਦੇ ਬੰਦੇ
اللہ کریم مولا حسین پاک دے پکے سچے غلاماں جو کھڑا ہونا نصیب کرے آمین.